ਯਾਰੇ ਵਿਦਿਆਰਥੀਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 12 ਸਮਾਰਕ ਨਿਰਮਾਣ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ হেড ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਉੱਤਰੀ ਭਾਰਤ ਦੇ ਪ੍ਰਮੁੱਖ ਮੰਦਰ ਕਿਹੜੇ ਹਨ ਉੱਤਰ ਜਗਨਾਥਪੁਰੀ ਵਿੱਚ ਵਿਸ਼ਨੂੰ ਦਾ ਮੰਦਿਰ ਨੰਬਰ 2 ਪੁਬਨੇਸ਼ਵਰ ਵਿੱਚ ਲਿੰਗਰਾਜ ਮੰਦਿਰ ਨੰਬਰ 3 ਕੋਨਾਰਕ ਵਿੱਚ ਸੂਰਜ ਮੰਦਿਰ ਨੰਬਰ 4 ਮਾਹੰਟ ਆਬੂ ਵਿੱਚ ਤੇਜਪਾਲ ਮੰਦਿਰ ਪ੍ਰਸ਼ਨ ਨੰਬਰ 2 ਭਾਰਤੀ ਮੁਸਲਮਨ ਪਵਨ ਨਿਰਮਾਣ ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸੋ ਉੱਤਰ ਭਾਰਤੀ ਮੁਸਲਮਨ ਪਵਨ ਨਿਰਮਾਣ ਕਲਾ ਸ਼ੈਲੀ ਰਾਹੀਂ ਕਈ ਤਰ੍ਹਾਂ ਦੀਆਂ ਇਮਾਰਤਾਂ ਜਿਵੇਂ ਮਹਿਲ ਕਿਲੇ ਮਕਬਰੇ ਅਤੇ ਮਸਜਿਦਾਂ ਆਦ ਬਣਾਏ ਗਏ ਇਸ ਕਾਲ ਦੀ ਪਵਨ ਨਿਰਮਾਣ ਕਲਾ ਦੀਆਂ ਇਸ ਕਾਲ ਦੀ ਪਵਨ ਨਿਰਮਾਣ ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਗੁੰਬਦ ਮਹਿਰਾਬ ਅਤੇ ਮਿਨਾਰਾ ਸਨ ਤਾਂ ਵਿੱਚ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ ਸੀ ਗੁੰਬਦ ਮਹਿਰਾਬ ਅਤੇ ਮਿਨਾਰਾ ਤੇ ਇਸ ਦੇ ਵਿੱਚ ਕੀ ਕੀ ਬਣਾਏ ਗਏ ਸੀ ਮਹਿਲ ਕਿਲੇ ਮਕਬਰੇ ਅਤੇ ਮਸਜਿਦਾਂ ਬਣਾਏ ਗਏ ਸੀ ਪ੍ਰਸ਼ਨ ਨੰਬਰ 10 ਦੱਖਣੀ ਭਾਰਤ ਦੇ ਮੰਦਰ ਕਿਹੜੇ ਹਨ ਉੱਤਰ ਨੰਬਰ 1 ਰਾਜਾ ਰਾਜੇਸ਼ਵਰ ਮੰਦਰ ਨੰਬਰ 2 ਗੰਗਈਕੋਂਡ ਚੋਲਪੁਰਮ ਦਾ ਮੰਦਰ ਨੰਬਰ 3 ਕੈਲਾਸ਼ ਮੰਦਰ ਐਲੋਰਾ ਇਹ ਤੋਂ ਬਾਅਦ ਆ ਗਿਆ ਪ੍ਰਸ਼ਨ ਨੰਬਰ 4 ਬੱਚਿਓ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੂੰ ਪਵਨ ਨਿਰਮਾਤਾ ਮਾ ਨਿਰਮਾਤਾ ਮਾ ਦਾ ਸਹਿਜਾਦਾ ਕਿਉਂ ਕਿਹਾ ਜਾਂਦਾ ਹੈ ਉੱਤਰ ਜਾਂ ਜਹਾਂ ਇੱਕ ਮਹਾਨ ਪਵਨ ਨਿਰਮਾਤਾ ਸੀ ਉਸਨੇ ਆਗਰੇ ਦੇ ਕਿਲੇ ਵਿੱਚ ਦੀਵਾਨੇ ਖਾਸ ਦੀਵਾਨੇ ਆਮ ਮੋਤੀ ਮਸਜਿਦ ਤਾਜ ਮਹਿਲ ਆਦ ਸੁੰਦਰ ਇਮਾਰਤਾਂ ਦਾ ਨਿਰਮਾਣ ਕਰਵਾਇਆ ਇਸ ਲਈ ਉਸ ਨੂੰ ਪਵਨ ਨਿਰਮਾਤਾ ਮਾਂ ਦਾ ਸਹਜਾਦਾ ਕਿਹਾ ਜਾਂਦਾ ਹੈ ਅਗੇ ਵਿੱਚੋਂ ਖਾਲੀ ਸਥਾਨ ਭਰੋ ਨੰਬਰ 1 ਡੈਸ਼ ਦੁਆਰਾ ਕੁਤਬ ਮੀਨਾਰ ਦੀ ਉਸਾਰੀ ਕਰਵਾਈ ਗਈ ਕੁਤਬਉਦੀਨ ਐਬਕ ਨੰਬਰ 2 ਬੁਲੰਦ ਦਰਵਾਜਾ ਡੈਸ਼ ਵਿਖੇ ਸਥਿਤ ਹੈ ਫਤਾਹਿਪੁਰ ਸਿਕਰੀ ਨੰਬਰ 3 ਤਾਜ ਮਹਿਲ ਡੈਸ਼ ਦੁਬਾਰਾ ਡੈਸ਼ ਦੀ ਯਾਦ ਵਿੱਚ ਉਸਾਰਿਆ ਗਿਆ ਸ਼ਾਂਜਾਹਾ ਦੁਬਾਰਾ ਮਮਤਾਜ ਦੀ ਯਾਦ ਵਿੱਚ ਨੰਬਰ 4 ਜਹਾਂਗੀਰ ਨੇ ਸਿਕੰਦਰਾ ਵਿਖੇ ਡੈਸ਼ ਬਣਾਇਆ ਸੀ ਅਕਬਰ ਦਾ ਮਕਬਰ ਸਹੀ ਜਾਂ ਗਲਤਤਾ ਨਿਸ਼ਾਨ ਲਗਾਓ ਭਾਰਤ ਵਿੱਚ ਤੁਰਕਾਂ ਅਤੇ ਫੁਕਾਨਾਂ ਦੁਆਰਾ ਪਵਨ ਨਿਰਮਾਣ ਕਲਾ ਦੀਆਂ ਨਮੀਆਂ ਬਿਧੀਆਂ ਅਤੇ ਨਮੂਨੇ ਤਿਆਰ ਕੀਤੇ ਗਏ ਉੱਤਰ ਹੈਗਾ ਵਿੱਚੋਂ ਸਹੀ ਨੰਬਰ 2 ਚੰਦੇਲ ਸ਼ਾਸਕਾਂ ਦੁਆਰਾ ਖੁਜਰਾਹੋ ਵਿਖੇ ਮੰਦਰ ਉਸਾਰੇ ਗਏ ਸਨ ਸਹੀ ਨੰਬਰ 3 ਅਲਾਉਦੀਨ ਖਿਲਜੀ ਨੇ ਸਿਰੀ ਨੂੰ ਨਵੀਂ ਰਾਜਸਤਾਨੀ ਬਣਾਇਆ ਸੀ ਸਹੀ ਨੰਬਰ 4 ਮੁਹੰਮਦ ਤੁਗਲਕ ਨੇ ਤੁਗਲਕਾਬਾਦ ਨਗਰ ਬਸਾਇਆ ਸੀ ਗਲਤ ਨੰਬਰ 5 ਚੋਲ ਸ਼ਾਸਕਾਂ ਦੁਆਰਾ ਬਣਾਏ ਗਏ ਮੰਦਰਾਂ ਵਿੱਚ ਪਾਵਨ ਨਿਰਮਾਣ ਕਲਾ ਦੇ ਦਰਾਵੜ ਸ਼ੈਲੀ ਨਮੂਨੇ ਦੀ ਵਰਤੋਂ ਕੀਤੀ ਗਈ ਸੀ ਸਹੀ ਤਾਂ ਇਸ ਤਰ੍ਹਾਂ ਬੱਚਿਓ ਇਹ ਪਾਠ ਸਾਡਾ ਕੰਪਲੀਟ ਹੋ ਗਿਆ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਚੈਨਲ ਤੇ ਹੋਰ ਸਾਰੇ ਸਬਜੈਕਟ ਵੀ ਕਰਾਏ ਹੋਏ ਨੇ ਤੁਸੀਂ ਉਹਨਾਂ ਦੇ ਪ੍ਰਸ਼ਨ ਉੱਤਰ ਵੀ ਕਰ ਸਕਦੇ ਹੋ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ